ਗੁਰਮੁਖ ਪਿਆਰਿਓ ਦੀਵਾਲੀ ਤੋਂ ਪਹਿਲਾਂ ਇੱਕ ਵਾਰ ਘਰ ਵਿੱਚ ਇਹ ਪਾਠ ਜ਼ਰੂਰ ਕਰਿਓ ਖੁਸ਼ੀਆਂ ਹੀ ਆਉਣਗੀਆਂ ਸੋ ਬੇਨਤੀ ਆ ਇਸ ਵਿਸ਼ੇ ਤੇ ਆਪਾਂ ਸੰਧੀਆਂ ਕਰਾਂਗੇ ਸੋ ਸਾਧ ਸੰਗਤ ਪਹਿਲਾਂ ਤਾਂ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਰਹਿਮਤ ਦੇ ਸਦਕਾ ਆਪਾਂ ਇਹਨਾਂ ਚੀਜ਼ਾਂ ਨੂੰ ਖਾਸ ਤੌਰ ਤੇ ਸਮਝਣਾ ਹੈ ਸਮਝਾਂਗੇ ਕਿ ਪਿਆਰਿਓ ਦੀਵਾਲੀ ਤੋਂ ਪਹਿਲਾਂ ਕਿਉਂ ਦੇਖੋ ਦੀਵਾਲੀ ਨੂੰ ਬਹੁਤ ਮਹੱਤਮ ਪੂਰਨ ਤਿਹਾਰ ਜਿਹੜਾ ਹੈ ਉਹ ਸਾਡੇ ਮੰਨਿਆ ਜਾਂਦਾ ਹੈ ਭਾਰਤ ਦੇ ਵਿੱਚ ਦੀਵਾਲੀ ਨੂੰ ਬਹੁਤ ਵੱਡੀ ਇਹ ਪੌੜੈਂਟਸ ਜਿਹੜੀ ਹੈ ਉਹ ਦਿੱਤੀ ਜਾਂਦੀ ਹੈ ਮੰਨਿਆ ਜਾਂਦਾ ਵੀ ਦੀਵਾਲੀ ਸਾਡਾ ਰਾਸ਼ਟਰੀ ਤਿਹਾਰ ਹੈ ਜੀ ਬਹੁਤ ਇੰਪੋਰਟੈਂਟਸ ਜਿਹੜੀ ਹੈ ਉਹ ਦੀਵਾਲੀ ਨੂੰ ਪਿਆਰਿਓ ਰੱਖੀ ਜਾਂਦੀ ਹੈ ਵੀ ਦੀਵਾਲੀ ਜਿਹੜੀ ਹੈ ਉਹ ਸਾਡਾ ਬਹੁਤ ਵੱਡਾ ਤਿਹਾਰ ਹੈ ਇੱਕ ਬਹੁਤ ਜਿਹੜਾ ਮੈਕਸਿਮਮ ਜੇ ਗੱਲ ਕਰੀਏ ਤਾਂ Hindu ਧਰਮ ਦੇ ਵਿੱਚ ਦੀਵਾਲੀ ਮੁਸਲਮਾਨ ਧਰਮ ਦੇ ਵਿੱਚ Eid ਤੇ ਸਿੱਖ ਸਿੱਖ ਜਿਹੜੇ ਨੇ ਉਹ ਆਪੋ ਆਪਣੇ ਧਰਮ ਦੇ ਦੁਆਰਾ ਤੇ ਜਾਂ ਫਿਰ ਅੱਜ ਤੇ ਕੱਲ ਸਿੱਖ ਵੀ ਸਾਡੇ ਦੀਵਾਲੀ ਮਨਾਉਣ ਲੱਗ ਪਏ ਨੇ ਚਲੋ ਖੈਰ ਇਹ ਵੱਖਰਾ ਵਿਸ਼ਾ ਹੈ ਕਿ ਕੀ ਆਪਣਾ ਕੀ ਵਗਾਨਾ ਉਹ ਉਹ ਗੱਲਾਂ ਬਾਤ ਦੀਆਂ ਨੇ ਪਰ ਮੈਂ ਇਹ ਗੱਲ ਕਰਕੇ ਆਪ ਜੀ ਦੇ ਨਾਲ ਜ਼ਰੂਰ ਸਾਂਝ ਜਿਹੜੀ ਹੈ ਉਹ ਪਾਉਣੀ ਚਾਹਨਾ ਪਿਆਰਿਓ ਕਿ ਆਖਰਕਾਰ ਸਾਨੂੰ ਇਹ ਚੀਜ਼ ਜ਼ਰੂਰ ਸਮਝਣੀ ਪਵੇਗੀ ਦੀਵਾਲੀ ਜਦੋਂ ਦੀਵਾਲੀ ਹੁੰਦੀ ਹੈ ਉਦੋਂ ਆਪਾਂ ਵੇਖਦੇ ਆਂ ਲਾਈਟਾਂ ਰੌਸ਼ਨੀਆ ਸ਼ੁਰੂ ਹੋ ਜਾਂਦੀਆਂ ਨੇ ਚਾਰੇ ਪਾਸੇ ਰੌਸ਼ਨੀ ਹੀ ਰੌਸ਼ਨੀ ਹੁੰਦੀ ਹੈ ਤੇ ਅਸੀਂ ਕਹਿੰਨੇ ਆਂ ਵੀ ਅੱਜ ਦੀਵਾਲੀ ਐ ਅਸੀਂ ਦੀਵਾਲੀ ਮਨਾ ਰਹੇ ਆਂ ਸੋ ਸਾਧ ਸੰਗਤ ਜਿਸ ਤਰ੍ਹਾਂ ਬਾਹਰ ਚਾਨਣਾ ਹੈ ਆਪਾਂ ਦੇਖ ਰਿਆਂ ਦੀਵਾਲੀ ਨੂੰ ਹਰ ਕੋਈ ਆਪਣੇ ਘਰ ਤੇ ਦੀਪ ਮਾਲਾ ਕਰਦਾ ਹੈ ਲੜੀਆਂ ਦੇ ਨਾਲ ਘਰ ਨੂੰ ਸਜਾਉਂਦਾ ਹੈ ਹਰ ਪਾਸੇ ਬਿਲਕੁਲ ਚਾਨਣਾ ਹੀ ਚਾਨਣਾ ਹੁੰਦਾ ਹੈ ਪਿਆਰਿਓ ਹਰ ਪਾਸੇ ਰੋਸ਼ਨੀ ਹੀ ਰੋਸ਼ਨੀ ਹੁੰਦੀ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਗੁਰਬਾਣੀ ਤੋਂ ਸਮਝੀਏ ਪਾਵਨ ਬਾਣੀ ਤੋਂ ਆਪਾਂ ਸੇਧ ਲਈਏ ਕਿ ਜਿਸ ਤਰ੍ਹਾਂ ਸਾਧ ਸੰਗਤ ਰੋਸ਼ਨੀ ਹੋਈ ਦੀਵਾਲੀ ਨੂੰ ਸਾਹਮਣੇ ਰੱਖ ਕੇ ਦੀਵਾਲੀ ਨੂੰ ਮੁੱਖ ਰੱਖ ਕੇ ਸੋ ਪਿਆਰਿਓ ਇਹ ਗੱਲ ਯਾਦ ਰੱਖਿਓ ਕਿ ਆਪਣੇ ਅੰਦਰ ਵੀ ਆਪਣੇ ਮਨ ਦੇ ਵਿੱਚ ਵੀ ਇਸੇ ਤਰ੍ਹਾਂ ਜਿਹੜਾ ਹੈ ਉਹ ਚਾਨਣ ਚਾਹੀਦਾ ਹੈ ਜਿਸ ਤਰ੍ਹਾਂ ਬਾਹਰ ਦੇ ਨਾਲ ਸਭ ਕੁਝ ਰੌਸ਼ਨ ਹੋ ਗਿਆ ਸਭ ਕੁਝ ਸਾਹਮਣੇ ਸਾਫ਼ ਹੋ ਗਿਆ ਤੇ ਪਿਆਰਿਓ ਅੰਦਰ ਵੀ ਉਸੇ ਤਰ੍ਹਾਂ ਜਿਹੜੀ ਹੈ ਰੌਸ਼ਨੀ ਚਾਹੀਦੀ ਹੈ ਜੇ ਅੰਦਰ ਰੌਸ਼ਨ ਹੋਏਗਾ ਤਾਂ ਗੱਲ ਬਣੇਗੀ ਅੰਦਰ ਤੇ ਹਨੇਰਾ ਪਿਆ ਹੈ ਪਿਆਰਿਓ ਅੰਦਰ ਹਨੇਰਾ ਕਿਵੇਂ ਹੈ ਕਿਉਂਕਿ ਵੈਮ ਭਰਮ ਕਰਮ ਕਾਂਡ ਪਖੰਡ ਨੇ ਅੰਦਰ ਅਜੇ ਹੀ ਚਾਦਰ ਤਾਣ ਦਿੱਤੀ ਸਾਧ ਸੰਗਤ ਕੇ ਅੰਦਰ ਹਨੇਰਾ ਪੈ ਗਿਆ ਅੰਦਰ ਹਨੇਰਾ ਇਹੋ ਜਿਹਾ ਹੈ ਕਿ ਸਾਧ ਸੰਗਤ ਉਹਨੇ ਆਪਣੀ ਥਾਂ ਬਣਾ ਲਈ ਤੇ ਅੰਦਰ ਹਨੇਰਾ ਪਿਆ ਤੇ ਹਨੇਰੇ ਨੇ ਆਪਣੀ ਥਾਂ ਬਣਾ ਲਈ ਤੇ ਬਾਕੀ ਕੁਝ ਜਿਹੜਾ ਹੈ ਉਹ ਸਭ ਸੁਜਣੋ ਹੀ ਹਟ ਗਿਆ ਬਾਕੀ ਜਿਹੜਾ ਹੈ ਉਹ ਸੋਚਣਾ ਹੀ ਅਸੀਂ ਬੰਦ ਕਰ ਬੈਠੇ ਪਿਆਰਿਓ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਕਹਿੰਦੀ ਹੈ ਪਾਤਸ਼ਾਹ ਕਹਿੰਦੇ ਨੇ ਗੁਰਬਾਣੀ ਇਸ ਜਗ ਮਹਿ ਚਾਨਣ ਕਰਮ ਵਸੈ ਮਨਿਆ ਦੇਖੋ ਪਾਤਸ਼ਾਹ ਨੇ ਪਹਿਲਾਂ ਵੀ ਕਿਹਾ ਪਾਤਸ਼ਾਹ ਕਹਿੰਦੇ ਗੁਰਬਾਣੀ ਕੀ ਹੈ ਗੁਰੂ ਦੀ ਬਾਣੀ ਕੀ ਹੈ ਉਹ ਇਸ ਜਗਤ ਦੇ ਵਿੱਚ ਚਾਨਣ ਹੈ ਮਨਾਰਾ ਹੈ ਤੇ ਪਿਆਰਿਓ ਜੇ ਗੁਰਬਾਣੀ ਚਾਨਣ ਹੈ ਤੇ ਯਾਦ ਰੱਖਿਓ ਗੁਰਬਾਣੀ ਨੂੰ ਪੜਨ ਵਾਲੇ ਆਪ ਖੁਦ ਕਿਉਂ ਰੋਸ਼ਨ ਨਹੀਂ ਹੋਣਗੇ ਕਦੇ ਇਹ ਗੱਲ ਸੋਚ ਕੇ ਵੇਖੋ ਜਿਹੜੇ ਗੁਰਬਾਣੀ ਨੂੰ ਪੜ੍ਹਦੇ ਨੇ ਉਹ ਆਪ ਖੁਦ ਕਿਉਂ ਨਹੀਂ ਰੋਸ਼ਨ ਹੋਣਗੇ ਸਾਰ ਸੰਗਤ ਜਿਹੜੇ ਗੁਰਬਾਣੀ ਦਾ ਨਿਤਨੇਮ ਕਰਦੇ ਨੇ ਜਿਹੜੇ ਪਾਤਸ਼ਾਹ ਦੀ ਬਾਣੀ ਨੂੰ ਪੜ੍ਹਦੇ ਨੇ ਉਹ ਖੁਦ ਰੋਸ਼ਨ ਹੁੰਦੇ ਨੇ ਕਿਉਂਕਿ ਉਹ ਹਨੇਰੇ ਵਿੱਚੋਂ ਨਿਕਲ ਜਾਂਦੇ ਨੇ ਜੇ ਆਪਾਂ ਗੱਲ ਕਰੀਏ ਵੀ ਹਨੇਰੇ ਚੋਂ ਕਿਸ ਤਰ੍ਹਾਂ ਉਹ ਵਹਿਮ ਭਰਮ ਨਹੀਂ ਕਰਦੇ ਉਹ ਪਖੰਡ ਨਹੀਂ ਕਰਦੇ ਪਿਆਰਿਓ ਉਹ ਇਹ ਨਹੀਂ ਕਹਿੰਦੇ ਵੀ ਫਲਾਨੇ ਚ ਬਾਬਾ ਆ ਗਿਆ ਇਹਦੇ ਚ ਉਹ ਗੁਰੂ ਆ ਗਿਆ ਇਹਦੇ ਚ ਫਲਾਨੇ ਦੀ ਜੋਤ ਆ ਗਈ ਜੀ ਇਹ ਫਲਾਨੇ ਨੂੰ ਮੰਨਦਾ ਜੀ ਇਹ ਟਿਕੜੇ ਨੂੰ ਮੰਨਦਾ ਇਹ ਕਿਸੇ ਨੂੰ ਨਹੀਂ ਮੰਨਦਾ ਫਿਰ ਉਹ ਕੱਲੇ ਅਕਾਲ ਪੁਰਖ ਤੇ ਨਿਰਭਰ ਹੋ ਜਾਂਦਾ ਹੈ ਕੇਵਲ ਆਕਾਰ ਪੁਰਖ ਨੂੰ ਮੰਨਦਾ ਹੈ ਕੇਵਲ ਉਹ ਅਕਾਲ ਪੁਰਖ ਤੇ ਨਿਰਭਰ ਹੋ ਜਾਂਦਾ ਹੈ ਪਿਆਰਿਓ ਉਹ ਫਿਰ ਕਹਿੰਦਾ ਖੁਦ ਕਹਿੰਦਾ ਹੈ ਕਿ ਮੇਰਾ ਭਗਵਾਨ ਮੇਰਾ ਅਕਾਲ ਪੁਰਖ ਹੈ ਮੈਨੂੰ ਕਿਸੇ ਤੇ ਕੋਈ ਭਰੋਸਾ ਨਹੀਂ ਹੈ ਮੈਨੂੰ ਕੇਵਲ ਅਕਾਲ ਪੁਰਖ ਤੇ ਭਰੋਸਾ ਹੈ ਸਾਰ ਸੰਗਤ ਇਦਾਂ ਹੀ ਮੈਨੂੰ ਗੱਲ ਯਾਦ ਆ ਗਈ ਤੁਹਾਡੇ ਸਾਹਮਣੇ ਬੇਨਤੀ ਕਰਾਂ ਕਿ ਇੱਕ ਨਿਹੰਗ ਸਿੰਘ ਬੈਠਾ ਸੀ ਤੇ ਕੋਈ ਉਹਦੇ ਕੋਲ ਆ ਕੇ ਕਹਿਣ ਲੱਗਿਆ ਕਿੰਦਾ ਕਿਸ ਤਰ੍ਹਾਂ ਮਹਾਰਾਜ ਮਹਾਂਪੁਰਖ ਹੋ ਕਿਸ ਤਰ੍ਹਾਂ ਨਰਾਜ ਜੇ ਬੈਠੇ ਹੋ ਕੋਈ ਟੈਨਸ਼ਨ ਹੈ ਉਹ ਕਹਿੰਦਾ ਹਾਂ ਭਾਈ ਟੈਨਸ਼ਨ ਹੈ ਘਰ ਪਰਿਵਾਰ ਦੀ ਘਰੇਲੂ ਟੈਨਸ਼ਨ ਆ ਕਿਹਨੂੰ ਨਹੀਂ ਹੁੰਦੀ ਆ ਕਹਿੰਦਾ ਚਲੋ ਫਿਰ ਤੁਹਾਨੂੰ ਬਾਬੇ ਤੇ ਲੈ ਚਲਾਉਂਗਾ ਕਹਿੰਦਾ ਕਿਹੜੇ ਬਾਬੇ ਦੇ ਕਹਿੰਦੇ ਬਾਬੇ ਦੇ ਲੈ ਕੇ ਚੱਲਦਾ ਜੀ ਤੁਹਾਨੂੰ ਕਹਿੰਦੇ ਕਿਹੜੇ ਦੇ ਕਹਿੰਦੇ ਬਾਬੇ ਦੇ ਲੈ ਕੇ ਚੱਲਦਾ ਜੀ ਲਾਲਾਂ ਵਾਲੇ ਦੇ ਲਖ ਦਾਤਾ ਪੀਰ ਦੇ ਉਹ ਕਹਿੰਦੇ ਅੱਛਾ ਕਹਿੰਦੇ ਵੀ ਉੱਥੇ ਕੀ ਹੁੰਦਾ ਕਹਿੰਦਾ ਜੇ ਉੱਥੇ ਸਾਬ ਦੀਆਂ ਮੰਨ ਦੀਆਂ ਮਰਾਦਾਂ ਪੂਰੀਆਂ ਹੁੰਦੀਆਂ ਤੇ ਅਗੋਂ ਨਿਆਂ ਸਿੰਘ ਕਹਿਣ ਲੱਗਿਆ ਕਹਿੰਦਾ ਜਾ ਤੇਰਾ ਪੀਰ ਲੱਖ ਦਾਤਾ ਮੇਰੀ ਮੰਗ ਤੇ ਕਰੋੜਾਂ ਦੀ ਐ ਤੇਰੇ ਬਾਬੇ ਤੋਂ ਪੂਰੀ ਨਹੀਂ ਹੋਣੀ ਤੇ ਘਰ ਦੀਆਂ ਘਰੇਲੂ ਟੈਨਸ਼ਨਾਂ ਮੈਨੂੰ ਨੇ ਇਹ ਮੇਰੀਆਂ ਆਪਣੀਆਂ ਨੇ ਤੇਰੇ ਬਾਬੇ ਦੇ ਵਸ ਦੀ ਗੱਲ ਨਹੀਂ ਵੀ ਇਹਨਾਂ ਨੂੰ ਖਤਮ ਕਰ ਦੇਵੇ ਤੇ ਮੈਂ ਤੇਰੇ ਬਾਬੇ ਕੋਲ ਨਹੀਂ ਜਾਣਾ ਕਿਨਾਂ ਜਾ ਤੂੰ ਆਪਣਾ ਰਸਤਾ ਨਾ ਆਪ ਸਾਧ ਸੰਗਤ ਇਹ ਚੀਜ਼ ਜ਼ਰੂਰ ਸਮਝ ਲਿਓ ਉਹਨੂੰ ਕਹਿੰਦੇ ਨੇ ਜਾਗਰੂਕਤਾ ਅੰਦਰ ਜਾਗਰੂਕਤਾ ਆ ਗਈ ਅੰਦਰ ਜਾਗਰੂਕਤਾ ਪੈ ਗਈ ਅੰਦਰ ਜਾਗਰੂਕਤਾ ਆ ਗਈ ਫਿਰ ਉਹਨੂੰ ਕਿਸੇ ਤੇ ਭਰੋਸਾ ਨਹੀਂ ਰਿਹਾ ਉਹਨੂੰ ਕੇਵਲ ਆਪਣੇ ਗੁਰੂ ਤੇ ਆਪਣੇ ਅਕਾਲ ਪੁਰਖ ਤੇ ਭਰੋਸਾ ਹੈ ਸਾਧ ਸੰਗਤ ਫਿਰ ਉਹ ਸਮਝਦਾ ਹੈ ਵੀ ਮੇਰਾ ਸਤਿਗੁਰੂ ਮੇਰਾ ਪਾਤਸ਼ਾਹ ਮਹਾਨ ਹੈ ਮੈਂ ਕਿਸੇ ਤੋਂ ਕੀ ਲੈਣਾ ਮੈਂ ਤੇ ਆਪਣੇ ਸਤਿਗੁਰੂ ਦੇ ਨਾਲ ਪਾਤਸ਼ਾਹ ਦੇ ਨਾਲ ਆ ਜੀ ਮੈਂ ਮੈਂ ਕਿਸੇ ਤੋਂ ਕੁਝ ਨਹੀਂ ਲੈਣਾ ਮੈਂ ਕਿਸੇ ਦਾ ਕੁਝ ਨਹੀਂ ਮੈਂ ਕੇਵਲ ਆਪਣੇ ਪਰਮਾਤਮਾ ਦਾ ਹਾਂ ਆਪਣੇ ਸਤਿਗੁਰੂ ਦਾ ਹਾਂ ਤੇ ਆਪਣੇ ਸਤਿਗੁਰੂ ਦਾ ਹੀ ਰਹਾਂਗਾ ਸਾਧ ਸੰਗਤ ਜਿਹੜਾ ਗੁਰੂ ਦਾ ਹੋ ਜਾਂਦਾ ਹੈ ਨਾ ਫਿਰ ਉਹ ਆ ਚੀਜ਼ਾਂ ਦੇ ਵਿੱਚ ਆ ਜਾਂਦਾ ਹੈ ਫਿਰ ਉਹ ਕਿਸੇ ਤੇ ਭਰੋਸਾ ਨਹੀਂ ਕਰਦਾ ਉਹਨੂੰ ਪਤਾ ਹੈ ਵੀ ਮੇਰਾ ਸਤਿਗੁਰੂ ਮੇਰੇ ਨਾਲ ਹੈ ਮੇਰਾ ਪਾਤਸ਼ਾਹ ਮੇਰੇ ਨਾਲ ਹੈ ਤੇ ਮੇਰਾ ਸਤਿਗੁਰੂ ਮੇਰੇ ਨਾਲ ਰਹੇਗਾ ਤੇ ਪਿਆਰਿਓ ਗੁਰੂ ਦਾ ਜਿਹੜਾ ਹੋ ਜਾਂਦਾ ਹੈ ਤੇ ਪਿਆਰਿਓ ਫਿਰ ਉਹ ਦੂਸਰਿਆਂ ਤੇ ਭਰੋਸੇ ਨਹੀਂ ਰੱਖਦਾ ਤੇ ਇਹਨੂੰ ਕਹਿੰਦੇ ਨੇ ਦੀਵਾਲੀ ਵਾਂਗੂ ਰੋਸ਼ਨ ਹੋਣਾ ਤੇ ਜਿਹੜਾ ਅੰਦਰੋਂ ਜਾਗਰਤ ਹੋ ਜਾਏ ਤੇ ਪਿਆਰਿਓ ਫਿਰ ਉਹ ਦੀਵਾਲੀ ਵਾਂਗੂ ਰੋਸ਼ਨ ਹੋ ਜਾਂਦਾ ਹੈ ਅੰਦਰੋਂ ਰੋਸ਼ਨ ਹੋ ਜਾਂਦਾ ਹੈ ਤੇ ਜਿਹੜਾ ਅੰਦਰੋਂ ਰੋਸ਼ਨ ਹੋ ਜੇ ਪਿਆਰਿਓ ਫਿਰ ਉਹਨੂੰ ਬਾਹਰਲੇ ਚਾਨਣ ਦੀ ਵੀ ਲੋੜ ਨਹੀਂ ਰਹਿੰਦੀ ਭਾਵੇਂ ਹਨੇਰਾ ਹੀ ਕਿਉਂ ਨਾ ਹੋਵੇ ਉਹ ਬਹੁਤ ਅੱਗੇ ਚੱਲਿਆ ਜਾਂਦਾ ਹੈ ਬਹੁਤ ਅੱਗੇ ਚੱਲਿਆ ਜਾਂਦਾ ਹੈ ਇਹ ਗੱਲ ਯਾਦ ਰੱਖਿਓ ਹੁਣ ਇੱਥੇ ਬੇਨਤੀ ਕਰ ਰਿਹਾ ਸੀ ਪਿਆਰਿਓ ਦੀਵਾਲੀ ਤੋਂ ਪਹਿਲਾਂ ਘਰੇ ਬੈਠ ਕੇ ਪਾਠ ਕਰੋ ਨਿਤਨੇਮ ਕਰੋ ਜੇ ਆਪਣੇ ਆਪ ਨੂੰ ਚਾਨਣ ਕਰਨਾ ਹੈ ਚਾਨਣ ਮਨਾਰੇ ਚ ਲੈ ਕੇ ਜਾਣਾ ਹੈ ਆਪਣੇ ਆਪ ਨੂੰ ਰੋਸ਼ਨ ਕਰਨਾ ਹੈ ਗੁਰਬਾਣੀ ਇਸ ਜਗ ਮਹਿ ਚਾਨਣ ਕਰਮ ਵਸੈ ਮਨਿ ਆਏ ਤੇ ਪਿਆਰਿਓ ਇਹ ਵੀ ਕਿਹਾ ਪਾਰਸ਼ਾ ਨੇ ਗੁਰੂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤਖ ਗੁਰੂ ਨਿਸਤਾਰੇ ਹੁਣ ਪਿਆਰਿਓ ਇਦੋਂ ਵੱਡੀ ਕੋਈ ਉਦਾਹਰਨ ਹੋਰ ਨਹੀਂ ਹੋ ਸਕਦੀ ਇਹੋ ਜਿਹਾ ਬਣਾਈਏ ਆਪਣੇ ਆਪ ਨੂੰ ਸਤਗੁਰੂ ਜੀ ਕਿਰਪਾ ਕਰਨ ਸੋ ਬੇਨਤੀਆਂ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ